ਜੀ ਅਸਲਾਮੁਆਲਿਕਮ ਨੂੰ ਮੈਂ ਹਾਦਿਮਾਲ ਤੁਹ ਜਿ ਦੇਖ ਰਿਹਾ ਵੀ ਲੋ ਜੀ ਮੈਂ ਲੈ ਕੇ ਆਇਆ ਵੀਡੀਓ ਲਈ ਕਿ ਤੁਸੀਂ ਅਸਨੀ ਫੈਮਿਲੀਅਰ ਅਪਲਾਈ ਕਿਵੇਂ ਕਰ ਸਕਦੇ ਹੋ ਕੌਣ ਕੌਣ ਕਰ ਸਕਦਾ ਹੈ ਕਦ ਕਰ ਸਕਦੇ ਹੋ ਔਰ ਕਿਹੜੇ ਟਾਈਮ ਦੇ ਦੌਰਾਨ ਤੁਹਾਨੂੰ ਪੈਸੇ ਦੇਣਗੇ ਅਸਨੀ ਫੈਮਿਲੀਅਰ ਜੇ ਕੋਈ ਦੇਖੋ ਜੇ ਵੀ ਤੁਹਾਡੇ ਕੋਲ ਤੁਹਾਡੇ ਤੇ ਕੋਈ ਕਾਰੀਗੋ ਹੈ ਤੁਹਾਡੇ ਮਾਪਿਓ ਪੈਣਾ ਪਰਾਈ ਯਾ ਦੋਸਤ ਜੇ ਕੋਈ ਤੁਹਾਡੇ ਨਾਲ ਰਹਿੰਦਾ ਹੈ ਤੁਹਾਡੇ ਅਧਿਕਾਰੀ ਕੋਈ ਜਿਹੜਾ ਕੰਮ ਨਹੀਂ ਕਰ ਰਿਹਾ ਤੁਸੀਂ ਉਹਦਾ ਅਸਨੀ ਫੈਮਿਲੀਅਰ ਦਵੰਦਾ ਕਰ ਸਕਦੇ ਹੋ ਤੇ ਬਸੇ ਹੀ ਕੁਝ ਐਗਜ਼ਾਮਪਲ ਵੀ ਦੇਖਾਂਗੇ ਕਿ ਕਿ ਕਿਸ ਕੇਸ ਵਿੱਚ ਕਿੰਨੇ ਪੈਸੇ ਆ ਸਕਦੇ ਨੇ ਤੇ ਸ਼ਬਦ ਪਹਿਲੇ ਸ਼ੁਰੂ ਕਰਦੇ ਆ ਕਿ ਕਿਹੜੀ ਤਰੀਖ ਨੂੰ ਬੇਸਿਕਲੀ ਇਹਦੀ ਲੋ ਜੀ ਡੇਟ ਹੋਵੇਗੀ 1 ਜੁਲਾਈ ਤੋਂ ਲੈ ਕੇ 3 ਜੂਨ ਤੱਕ 1 ਜੁਲਾਈ 2020 ਤੋਂ ਲੈ ਕੇ 3 ਜੂਨ 2021 ਤੱਕ ਇਹ ਤੁਹਾਡੇ ਪੈਸੇ ਹਰ ਮੰਥ ਆਉਂਦੇ ਰਹਿਣਗੇ ਤੁਹਾਡੇ ਈਜ਼ੀ ਦੀ ਬੇਸ ਤੇ ਤੁਹਾਡੇ ਰੇਜ ਦੀ ਦੂਜੀ ਬੇਸ ਤੇ ਰੇਜ ਤੋਂ ਜਿੰਨਾ ਆਏ ਉਹਦੇ ਸਬਤੋਂ ਤੁਹਾਨੂੰ ਪੈਸੇ ਆਉਣੇ ਨੇ ਕਿਨਾਂ ਕਨਾਂ ਨੂੰ ਮਿਲਣ ਦੇ ਬੇਸਿਕਲੀ ਮਿਲਣਗੇ ਇਹ ਲੋਰਤ ਉੱਤੇ ਧਿੰਦੇ ਹਨ ਤੀਨੋਂ ਦੂਸਰੇ ਨੰਬਰ ਤੇ ਪੈਨਸ਼ਨ ਆਉਂਦੀ ਨੂੰ ਬੇਵੱਤਰਤ ਧਿੰਦੇ ਜਿਹੜੇ ਅੰਡਰ ਕਿਸੇ ਦਾ ਕੰਮ ਕਰਦੇ ਨੇ ਵਰਕਰ ਨੇ ਠੀਕ ਹੈ ਲਪੋਰਟਰ ਡਿਪੈਂਡੈਂਟ ਨੇ ਉਹ ਕਿਹਸੇ ਕਿਸਮ ਦੀ categories ਚ ਹੁੰਦੇ ਰਹੇ ਨੇ ਉਹਨਾਂ ਨੂੰ ਕੰਮ ਮਿਲਣ ਦੇ ਵੈਸੇ ਪੈਨਸ਼ਨਾਂ ਤੀ ਮਿਲਣਗੇ ਜਿਹੜੇ ਪੈਨਸ਼ਨ ਨਿ ਵਗਰਾ ਹੋ ਗਿਆ ਹੈ ਇਸ ਕੀਤੀ ਅਲਾ ਜਿਸ ਤੇ ਉਹਨੇ ਸਪਰਾਤਾ ਜਿਸ ਤੇ ਉਹਨੇ ਸਪਰਾਤਾ ਜਿਹੜਾ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਜਿਨ੍ਹਾਂ ਕੋਲ ਹੈ ਜਿਵੇਂ ਕਿ ਪਤੀ ਤੈ ਵੀ ਖਾਤੇ ਵਿੱਚ ਕੋਈ ਆ ਜਾਂਦੇ ਨੇ ਇੰਪਾਸ ਥਰੂ ਦੇ ਉਹਨਾਂ ਨੂੰ ਮਿਲ ਸਕਦੇ ਨੇ ਡਿਪੈਂਡੈਂਟ ਦੀ ਐਗਰੀਕਲਚਰ ਦੇ ਜਿਹੜੇ ਸੈਕਟਰ ਵਿੱਚ ਕੰਮ ਕਰਦੇ ਨੇ ਉਹਨਾਂ ਸਭ ਨੂੰ ਮਿਲ ਸਕਦੇ ਨੇ ਫੇਰ ਆਰਗਨਲ ਮਿਲ ਸਕਦੇ ਨੇ ਲਵਰਤਰੀ ਦਿਮੈਸਤੀ ਜੀ ਦੋਅਰ ਡੋਮੈਸਟਿਕ ਜਿਹੜਾ ਕੰਮ ਕਰਦੇ ਨੇ ਕੌਲਫ ਬੇਦਾਂਤੀ ਨੂੰ ਕੌਲਫ ਬੇਦਾਂਤੀ ਨੂੰ ਮਿਲ ਸਕਦੇ ਨੇ ਕੌਲਫ ਬੇਦਾਂਤੀ ਹੁੰਦੇ ਨੇ ਕਿ ਡੋਮੈਸਟਿਕ ਕੰਮ ਕਰਦੇ ਜਿਹੜੇ ਨੇ ਕਿ ਜਿਹੜੇ ਬੇਦਾਂਤੀ ਜਿਹੜੇ ਵਡੇਰੇ ਬੰਦੇ ਬੁੱਢੀਆਂ ਬੁੱਢਿਆਂ ਦੇ ਜਾਂ ਕੋਈ ਮਜ਼ਦੂਰ ਵਗੈਰਾ ਉਹਦਾ ਅਲੀ ਹੈਲਪ ਕਰਨੀ ਜਿਹੜਾ ਹੁੰਦਾ ਹੈ ਕੌਲਫ ਜਿਹੜਾ ਕਿ ਕਾਰ ਦਾ ਕੋਈ ਤੁਸੀਂ ਐਜ਼ ਐਜ਼ ਅ ਵਰਕਰ ਤੁਸੀਂ ਕਾਰ ਬੰਦਾ ਰੱਖ ਲੈਂਦੇ ਹੋ ਕਮਰੀਅਰ ਜਿਹੜਾ ਹੁੰਦਾ ਹੈ ਕਿ ਜਿਹੜਾ ਕਿ ਹੋਟਲ ਦੇ ਵਿੱਚ ਹੁੰਦੇ ਨੇ ਵੈਟਰ ਵਗੈਰਾ ਔਰ ਗੁਰਨਾਨਤੀ ਔਰ ਬਬੀ ਸੀਟਰ ਚਾਦਰ ਜਿਹਦਾ ਬੇਬੀ ਸੀਟਰ ਤੁਹਾਨੂੰ ਪਤਾ ਹੀ ਹੋਣਾ ਜਿਵੇਂ ਕਿ ਬਲਦੇ ਜਿਹਦੇ ਕੰਮ ਕਰਦੇ ਨੇ ਮੰਮੀ ਪਾਪਾ ਕੰਮ ਕਰਦੇ ਨੇ ਉਹਨਾਂ ਦੇ ਬੱਚੇ ਸਭਾਲਣੇ ਜੇ ਕੋ ਰੱਖਿਆ ਹੁੰਦਾ ਉਹਨੂੰ ਕਹਿੰਦੇ ਨੇ ਬੇਬੀ ਸੀਟਰ ਇਹ ਉਹ ਕੈਟੇਗਰੀਆਂ ਨੇ ਜਿਨ੍ਹਾਂ ਨੂੰ ਸੈਨੀ ਨਿਊਕਲੀਅਰ ਫੈਮਿਲੀਅਰ ਅਪਲਾਈ ਕਰ ਸਕਦੇ ਹੋ ਸੈਨੀ ਨਿਊਕਲੀਅਰ ਫੈਮਿਲੀਅਰ ਬੇਸਿਕਲੀ ਅਪਲਾਈ ਕਿਵੇਂ ਕਰ ਸਕਦੇ ਹੋ ਸੈਨੀ ਨਿਊਕਲੀਅਰ ਫੈਮਿਲੀਅਰ ਅਪਲਾਈ ਕਰਨ ਲਈ ਤੁਸੀਂ ਜਾ ਸਕਦੇ ਹੋ ਕਾਫ ਸੀਜੀਆਰ ਪਤਰਨਾਥੋ ਦੇ ਕਾਫ ਦੇ ਦਫ਼ਤਰ ਜਾਂ ਪਤਰਨਾਥੋ ਜਿੱਥੇ ਇਨਕੀ ਫ੍ਰੀ ਆਫ ਕਾਸਟ ਅਪਲਾਈ ਹੋਣਾ ਹੈ ਕੋਈ ਯਾ ਫਿਰ ਤੁਸੀਂ ਆਪਣੇ ਮਾਲਕ ਦੇ ਦੁਰੇ ਪਰ ਜਾ ਕੇ ਸਕਦੇ ਹੋ ਮਾਲਕ ਨੂੰ ਕਹੋ ਕਿ ਤੁਸੀਂ ਦਸਨੀਆ ਨਿਕਲੇ ਫੈਮਿਲੀ ਅਪਲਾਈ ਕਰਨਾ ਚਾਹੁੰਦੇ ਹਾਂ ਮਾਲਕ ਤੁਹਾਨੂੰ ਇੱਕ ਫਾਰਮ ਫਿਲ ਕਰਨ ਨੂੰ ਦੇਵੇਗਾ ਔਰ ਫਾਰਮ ਫਿਲ ਕਰਕੇ ਜਦ ਤੁਸੀਂ ਉਹਨੂੰ ਵਾਪਸ ਦੋਗੇ ਤਾਂ ਉਹ ਤੁਹਾਨੂੰ ਫਿਰ ਇੱਕ ਕਨਫਰਮੇਸ਼ਨ ਲਈ ਇੱਕ ਹੋਰ ਫਾਰਮ ਦੇਗਾ ਬਾਅਦ ਵਿੱਚ ਜਦ ਅਪਲਾਈ ਕਰੇਗਾ ਉਸ ਤੋਂ ਬਾਅਦ ਇੱਕ ਫਾਰਮ ਹੋਰ ਦੇਗਾ ਜਿਹਦੇ ਨੂੰ ਦੇ ਦੋ ਤੁਸੀਂ ਫਿਰ ਸਾਈਨ ਵਗੈਰਾ ਕਰਨੇ ਨੇ ਨਾਮ ਵਗੈਰਾ ਲਿਖ ਕੇ ਆਪਣੀ ਜਨਰਲਲੀ ਡਿਟੇਲ ਵਗੈਰਾ ਲਿਖ ਕੇ ਤੇ ਫਿਰ ਤੁਹਾਡਾ ਸਨੀ ਨਿਕਲੇ ਫੈਮਿਲੀ ਅਪਲਾਈ ਕਰਨਾ ਜੇ ਪਹਿਲੇ ਅਪਲਾਈ ਕਰੋਗੇ ਤਾਂ ਪਹਿਲੇ ਪਾਓਗੇ ਪਹਿਲੇ ਪਹਿਲੇ ਪਾਓ ਜੇ ਪਹਿਲੇ ਪਾਣਾ ਚਾਹਦੇ ਹੋ ਪੈਸੇ ਅਸੈਨੀ ਨਿਕਲ ਫੈਮਿਲੀ ਆਰ ਦੇ ਹਰ ਮੰਥਲੀ ਹਰ ਮੰਥ ਇਹ ਬੂਸਟੇ ਪਾਕੇ ਜਾਂਦੇ ਨੇ ਤੁਹਾਡੇ ਜੀ ਤੇ ਜੇ ਪਹਿਲੇ ਪਾਣਾ ਚਾਹਦੇ ਹੋ ਤਾਂ ਪਹਿਲੇ ਅਪਲਾਈ ਕਰੋ ਔਰ ਇਹਦੇ ਤੋਂ ਇਲਾਵਾ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੇ ਅਸੈਨੀ ਨਿਕਲ ਫੈਮਿਲੀ ਆਰ ਦੇ ਪੈਸੇ ਜਿਹੜੇ ਨੇ ਇਹ ਡਿਪੈਂਡ ਕਰਦਾ ਤੁਹਾਡੇ ਫੈਮਿਲੀ ਮੈਂਬਰਸ ਕਿੰਨੇ ਨੇ ਤੁਹਾਡਾ ਰਹਿਦੋ ਕਿਤਨਾ ਹੈ ਠੀਕ ਹੈ ਇਹ ਮੰਨ ਲਓਗੇ ਤੁਹਾਨੂੰ 1 100 ਤੱਕ 37 ਯੂਰੋ ਤੋਂ ਤੁਹਾਨੂੰ 4 450 ਯੂਰੋ ਤੱਕ ਵੀ ਆ ਸਕਦੇ ਨੇ ਤੇ ਐਗਜ਼ੈਂਪਲਸਾਬ ਤੋਂ ਹੁੰਦਾ ਹੈ ਫੈਮਿਲੀ ਵਿੱਚ ਤੁਹਾਡੇ ਹੈ ਨੇ ਦੋ ਫਿਲੀ ਦੋ ਬੱਚੇ ਨੇ ਉਹਨਾਂ ਮਿੰਨਰੀ ਨਹੀਂ ਔਰ ਇੱਕ ਘਟੋ ਮਰਦੇ ਤਿੰਨ ਮਿੰਨਰੀ ਮਿੰਨੋਰੀ ਹੈ ਨੇ ਜਿਹਨਾਂ ਕੇ ਤਿੰਨ ਸਾਲ ਤੋਂ ਘਟੇ ਇਹਨਾਂ ਦਾ ਮਿਲ ਬਣਦਾ ਹੈ 234.50 ਜੇ ਤੁਹਾਡਾ 17000 ਰੈਡੋ ਹੈਵੇ ਤੇ ਰੈਡੋਨ ਵਾਲੇ ਹੈ ਤੁਹਾਡਾ 6000 ਤੇ ਹੈ 234.50 ਇੱਕ ਛੋਟਾ ਬੱਚਾ ਤੇ ਇੱਕ ਵੱਡਾ ਬੱਚਾ ਦੋ ਬੱਚੇ ਨੇ ਐਗਜ਼ੈਂਪਲ ਯੋ ਦੋ ਦੋ ਫੈਮਿਲੀ ਮੈਂਬਰ ਨੇ ਤੇ ਇੱਕ ਬੱਚਾ ਹੈ ਤੇ ਫਿਰ 137.50 ਬਣੇਗਾ ਜਿੱਤੇ ਤੁਹਾਡਾ 14000 ਤੱਕ ਤੁਹਾਡਾ ਜੇ ਰੈਡਿਟੋ ਹੈ ਵੀ ਦੇ 14000 ਦਾ ਤੱਕ ਰਾ ਦਿੱਤੇ ਹੋਏ ਤੇ ਕਿੰਨਾ ਬਣੇਗਾ 137.50 ਇੱਕ ਬੱਚੇ ਤੇ ਔਰ ਇਹਦੇ ਤੋਂ ਲਾਵਾ ਅੱਗੇ ਅਸੀਂ ਗੱਲ ਕਰਾਂਗੇ ਜੇ ਤੁਹਾਡੇ ਯਾਨੀ ਕਿ ਤਿੰਨ ਚਾਰ ਐਗਜ਼ਾਮਪਲ ਹਨਾ ਤੇ ਅਗਲੀ ਐਗਜ਼ਾਮਪਲ ਹੈ ਕਿ ਦੋ ਬੱਚੇ ਤੁਹਾਡੇ ਇੱਕ ਛੋਟਾ ਹੈ ਤੇ ਇੱਕ ਡਿਜ਼ੇਬਿਲਿਟੀ ਕੈਟੇਗਰੀ ਵਿੱਚ ਹੈ ਯਾਨੀ ਕਿ ਦੋ ਬੱਚਿਆਂ ਜੋ ਯਾਨੀ ਕਿ ਹੈਂਡੀਕੈਪ ਦੀ ਕੈਟੇਗਰੀ ਹੈ ਅੰਗ ਹੈ ਨਾ ਇਹਨਾਂ ਨੂੰ ਮਿਲਣਗੇ ਜੇ ਤੁਹਾਡਾ 28600 ਤੱਕ ਰੈਡਿਟੋ ਹੈ ਤੇ ਫਿਰ ਮਿਲ ਸਕਦਾ ਇਹਨੂੰ 300 ਤੇ 10 ਯੂਰੋ 28600 ਦਾ ਕਰ ਦਿੱਤਾ ਹੈ ਇਸ ਤੋਂ ਲਾਵਾ ਜੇ ਮੈਕਸਿਮਮ ਕਿੰਨਾ ਆ ਸਕਦਾ ਰੈਡੋ ਕਿzedਾ 50000 ਤਾਂ ਨਹੀਂ ਹੋ ਸਕਦਾ ਮੰਨ ਲਓ ਕਿ 50000 ਰੈਡੋ ਜਾਂ 50000 ਤੋਂ ਵੱਧ ਹੈ ਤਾਂ ਫਿਰ ਵੀ ਜੇ ਪਰ ਤੁਹਾਡੇ ਦਿਨ ਬੱਚੇ ਦੇ 144 ਯੂਰੋ ਮਿਲੇਗਾ ਹੀ ਮਿਲੇਗਾ ਤੇ ਇਹ ਇਤਨੀ ਨਹੀਂ ਰਕਮ ਹੁੰਦੀ ਬਗਟ ਪੈਨ ਕਰਦਾ ਤੁਹਾਡੇ ਬੱਚੇ ਨੇ ਕਿੰਨੇ ਠੀਕ ਹੈ ਔਰ ਬੱਚਿਆਂ ਦੀ ਏਜ ਤੇ ਡਿਪੈਂਡ ਕਰਦਾ ਠੀਕ ਹੈ ਔਰ ਬੰਦੇ ਤੁਹਾਡੇ ਤੇ ਕਿੰਨੇ ਕਾਰੀਕੋ ਨੇ ਉਹਦੇ ਡਿਪੈਂਡ ਕਰਦਾ ਤੇ ਉਸ ਹਿਸਾਬ ਦਾ ਪੈਸੇ ਇਹ ਬਣਦੇ ਨੇ ਜਿਹੜਾ ਕਿ ਕਫ ਜਿਹੜੇ ਨਵੇਂ ਤਬ ਤਬੇ ਲੈ ਇੰਟਰੋਡਿਊਸ ਹੋ ਗਏ ਨੇ ਜਿਹੜਾ ਕਿ ਤੁਸੀਂ ਇਹ ਦਮਾਂ ਦਾ ਹੁਣ ਸੁਭੀਤੋ ਕਰ ਸਕਦੇ ਹੋ ਤੁਸੀਂ ਸੂਬਿਤ ਕਰੋ ਤੇ ਸੂਬਿਤ ਪਾਓ। ਅਰਿਦੁਲਾਹ ਬਾ ਜਿਹਨਾਂ ਦੀ ਫੈਮਿਲੀ ਵਗੈਰਾ ਕਾਰੀ ਕੋ ਜਿਹੜੇ ਬੰਦੇ ਪਾਕਿਸਤਾਨ ਵਗੈਰਾ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਤੇ ਉਹ ਵੀ ਅਪਲਾਈ ਕਰਨ ਕੋਚੀ ਫਿਸਕਲ ਵਗੈਰਾ ਬਨਵਾਉਣ ਉਹਦੇ ਲਈ ਮੈਂ ਵੀਡੀਓ ਤੋਂ ਸਪੈਸ਼ਲ ਬਣਾਈ ਹੋਈਆਂ ਨੇ ਤੋਂ ਉਹਦੇ ਤੋਂ ਹੈਲਪ ਲਵਣ ਤੇ ਉਹ ਕੋਚੀ ਫਿਸਕਲ ਵਗੈਰਾ ਬਨਵਾ ਕੇ ਉਹ ਵੀ ਅਪਲਾਈ ਕਰਨ ਜਿਹੜੀ ਸਹੂਲਿਆਤ ਮਿਲ ਸਕਦੀਆਂ ਲਓ ਜਿਹੜੇ ਟੈਕਸ ਵਗੈਰਾ ਮਾਫ ਹੋ ਸਕਦੇ ਨੇ ਕਰਾਓ ਤੇ ਇਹ ਸੈਨੀ ਫੈਮਿਲੀ ਆਰੇ ਪਰ ਮੰਥ ਮਿਲਣਾ ਹੁੰਦਾ ਜਿੰਨੀ ਮੈਂ ਹਕੂਮਤ ਦਸੀਆਂ ਨੇ ਤਕਰੀਬਨ ਇਸਦੇ ਨਜ਼ਦੀਕ ਮਜ਼ੀਦ ਜੇ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਪਤਾ ਲੱਗ ਜਾਏ ਤੇ ਲੋ ਜੀ ਜੇ ਤੁਹਾਨੂੰ ਮੇਰ ਨਾਲ ਇਹ ਉਮੀਦ ਹੈ ਵੀਡੀਓ ਵਧੀਆ ਲੱਗਿ ਹੋਣੀ ਹੈ ਵੀਡੀਓ ਹੈਲਪਫੁਲ ਹੋਈ ਹੋਣੀ ਹੈ ਜੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਹੈ ਹੈਲਪਫੁਲ ਹੋ ਗਿਆ ਤੇ ਬਾਦੂ ਬਾਦ ਸ਼ੇਅਰ ਕਰੋ ਕਿ ਬਾਕੀ ਨੇ ਵੀ ਹੈਲਪ ਹੋ ਸਕੇ ਜਿਵੇਂ ਤੁਹਾਡੀ ਹੈਲਪ ਹੋਈ ਅਗਲਾਂ ਦੇ ਵੀ ਹੈਲਪ ਹੋ ਸਕੇ ਤੇ ਇਜਾਜ਼ਤ ਦਿਓ ਫਿਲਹਾਲ ਇਤਨਾ ਹੀ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਫਿਰ ਮੰਨ ਲਾ